ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਵੈਲਕਮ ਟੂ ਨਿਊ ਬਲੌਗ। ਅੱਜ ਦੇ ਬਲੌਗ ਦੇ ਵਿੱਚ ਅਸੀਂ ਤੁਹਾਡੇ ਲਈ ਹੈਂਡ ਪੇਂਟਡ ਦੁਪੱਟਾਸ ਲੈ ਕੇ ਆਏ ਹਾਂ। ਇਹਨਾਂ 'ਤੇ ਸਿਲਕ ਪੇਂਟ ਕੀਤਾ ਹੋਇਆ ਸਾਰਿਆਂ 'ਤੇ ਐਂਡ ਇਹਦੇ ਉੱਪਰ ਅਸੀਂ ਪ੍ਰੋਪਰ ਹੈਂਡਵਰਕ ਕਰਵਾਇਆ ਹੈ। ਇਹ ਸਿੰਗਲ ਦੁਪੱਟਾਸ ਹੈ, ਇਹਨਾਂ ਦਾ ਪ੍ਰਾਈਸ ਸਾਰਿਆਂ ਦਾ ਸੇਮ ਹੈ, 35-50, ਸ਼ਿਪਿੰਗ ਫਰੀ ਹੈ ਆਲ ਓਵਰ ਇੰਡੀਆ ਦੇ ਵਿੱਚ। ਇਹਨਾਂ ਦੁਪੱਟਿਆਂ ਨਾਲ ਤੁਸੀਂ ਸਾਡੇ ਤੋਂ ਵੀ ਸੂਟ ਪੇਅਰ ਅਪ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਖੁਦ ਵੀ ਸੂਟ ਇਹਦੇ ਨਾਲ ਪੇਅਰ ਕਰ ਸਕਦੇ ਹੋ। ਕਾਫੀ ਪੈਸਟਲ ਸ਼ੇਡਸ ਲੈ ਕੇ ਆਏ ਹਾਂ ਅਸੀਂ। ਸੋ ਫਸਟ ਜੋ ਆਪਣਾ ਦੁਪੱਟਾ ਰਹੂਗਾ ਉਹ ਹੈ ਜੀ ਲਾਈਟ ਸੀ ਗ੍ਰੀਨ ਦਾ ਦੁਪੱਟਾ, ਠੀਕ ਹੈ ਜੀ। ਇਹਦੀ ਤੁਸੀਂ ਡਿਟੇਲਿੰਗ ਦੇਖ ਸਕਦੇ ਹੋ ਕਿ ਪਹਿਲਾ ਜੋ ਬੂਟਾ ਆਊਗਾ ਉਹ ਪੱਲਿਆਂ ਦੇ ਉੱਪਰ ਬੂਟਾ ਆਊਗਾ, ਇਹ ਰਹੂਗਾ ਜੀ। ਇਹਦੇ ਉੱਪਰ ਅਸੀਂ ਸਾਰਾ ਪ੍ਰੋਪਰ ਪੇਂਟ ਕਰਵਾ ਕੇ ਹੈਂਡਵਰਕ ਕਰਵਾਇਆ ਹੋਇਆ ਹੈਗਾ, ਠੀਕ ਹੈ ਜੀ। ਇੱਕ ਪੱਲਿਆਂ 'ਤੇ ਆਊਗਾ, ਫਿਰ ਸਾਰੀ ਬੂਟੀਆਂ ਆਉਣਗੀਆਂ ਐਂਡ ਜੋ ਇਹਨਾਂ ਦੀਆਂ ਸਾਈਡਸ ਹੈ ਉਹਨਾਂ 'ਤੇ ਵੀ ਅਸੀਂ ਪ੍ਰੋਪਰ ਇੱਦਾਂ ਬੂਟਾ ਦਿੱਤਾ, ਠੀਕ ਹੈ। ਇਹਦੇ ਨਾਲ ਤੁਸੀਂ ਸੇਮ ਸੂਟ ਵੀ ਪੇਅਰ ਅਪ ਕਰ ਸਕਦੇ ਹੋ ਜਾਂ ਕਲਰ ਕੰਟਰਾਸਟ ਦੇ ਵਿੱਚ ਵੀ ਪੇਅਰ ਅਪ ਕਰ ਸਕਦੇ ਹੋ। ਇੱਦਾਂ ਇਹਦੇ ਡਬਲ ਬੂਟੇ ਆਉਣਗੇ ਐਂਡ ਵਿੱਚ ਜੋ ਬੂਟੀਆਂ ਹੈ ਉਹਨਾਂ 'ਤੇ ਵੀ ਅਸੀਂ ਪ੍ਰੋਪਰ ਸਾਰਾ ਹੈਂਡਵਰਕ ਦਾ ਕੰਮ ਦੇ ਰਹੇ ਹਾਂ। ਪ੍ਰਾਈਸ ਸਾਰੇ ਦੁਪੱਟਿਆਂ ਦਾ ਸੇਮ ਹੈ। ਜੋ ਸਟੱਫ ਅਸੀਂ ਯੂਜ਼ ਕੀਤਾ ਉਹ ਪਿਓਰ ਔਰਗੈਨਜ਼ਾ ਦਾ ਸਟੱਫ ਅਸੀਂ ਯੂਜ਼ ਕਰ ਰਹੇ ਹਾਂ, ਬਿਕੋਜ਼ ਜੋ ਇਹ ਸਿਲਕ ਪੇਂਟ ਹੁੰਦਾ ਹੈ ਇਹਦੀ ਜੋ ਪ੍ਰੋਪਰ ਗ੍ਰੇਸ ਆਉਂਦੀ ਉਹ ਪਿਓਰ ਔਰਗੈਨਜ਼ਾ 'ਤੇ ਹੀ ਆਉਂਦੀ ਹੈ, ਕਿਸੇ ਹੋਰ ਫੈਬਰਿਕ 'ਤੇ ਨਹੀਂ ਆਉਂਦੀ। ਸੋ ਕਈ ਵਾਰ ਸਾਡੇ ਤੋਂ ਕਸਟਮਰ ਪੁੱਛਦਾ ਹੈ ਕਿ ਅਸੀਂ ਇਹਨਾਂ ਨੂੰ ਪਿਓਰ ਚਨੋਨ 'ਤੇ ਬਣਵਾ ਸਕਦੇ ਹਾਂ ਜਾਂ ਟੈਬੀ 'ਤੇ ਬਣਵਾ ਸਕਦੇ ਹਾਂ। ਸੋ ਨੋ, ਅਗਰ ਤੁਸੀਂ ਪਿਓਰ ਔਰਗੈਨਜ਼ਾ ਈਜ਼ੀਲੀ ਕੈਰੀ ਕਰਦੇ ਹੋ ਤਾਂ ਇਹ ਦੁਪੱਟੇ ਬਹੁਤ ਸੋਹਣੇ ਲੱਗਦੇ ਹੈ। ਇਹਨਾਂ ਨਾਲ ਤੁਸੀਂ ਬਰੋਕੇਟ ਦੇ ਸੂਟਸ ਵੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਸਿੰਪਲ ਜਾਰਜਟ ਜਾਂ ਕਰੇਪ ਵੀ ਇਹਨਾਂ ਨਾਲ ਡਾਈ ਕਰਵਾ ਕੇ ਸਾਡੇ ਤੋਂ ਲੈ ਸਕਦੇ ਹੋ। ਇਸੇ ਡਿਜ਼ਾਈਨ ਦੇ ਵਿੱਚ ਜੋ ਸੈਕਿੰਡ ਕਲਰ ਕੰਬੀਨੇਸ਼ਨ ਅਵੇਲੇਬਲ ਹੈ ਉਹ ਰਹੂਗਾ ਪੀਚ ਦਾ। ਸੇਮ ਪੈਟਰਨ ਫੋਲੋ ਅਪ ਕੀਤਾ, ਪੱਲਿਆਂ 'ਤੇ ਬੂਟੇ ਆਉਣਗੇ, ਠੀਕ ਹੈ ਜੀ। ਉਹਦੇ ਉੱਪਰ ਸਾਰਾ ਹੈਂਡਵਰਕ ਆਊਗਾ, ਹੈਂਡਵਰਕ ਦੀ ਫਿਨਿਸ਼ਿੰਗ ਚੈੱਕਆਊਟ ਕਰ ਸਕਦੇ ਹੋ ਕਿ ਸਾਰੇ ਸਿੱਪੀ ਮੋਤੀ ਦਾ ਕੰਮ ਲਗਾ ਕੇ ਨਾਲ ਅਸੀਂ ਸਾਰਾ ਨਕਸ਼ੀ ਦੇ ਨਾਲ ਇਹਨੂੰ ਕੰਪਲੀਟ ਕੀਤਾ। ਸੈਂਟਰ ਵਿੱਚ ਸਾਰੀ ਅਸੀਂ ਬੂਟੀਆਂ ਦਿੱਤੀਆਂ ਹੈ ਐਂਡ ਫਿਰ ਜੋ ਤੁਹਾਡੀ ਸਾਈਡਸ ਆਉਂਦੀਆਂ ਜਿੱਥੇ ਤੁਸੀਂ ਦੁਪੱਟਾ ਕੈਰੀ ਕਰਦੇ ਹੋ ਉੱਥੇ ਵੀ ਦੋ ਦੋ ਬੂਟੇ ਦਿੱਤੇ, ਸਿੰਗਲ ਬੂਟਾ ਦਿਸ ਸਾਈਡ ਐਂਡ ਅਨਦਰ ਬੂਟਾ ਇਹ ਦਿੱਤਾ। ਲਾਈਟ ਪੀਚ ਸ਼ੇਡ ਹੈ ਐਂਡ ਇਹਦੇ ਨਾਲ ਤੁਸੀਂ ਪੀਚ ਦੁਪੱਟਾ ਰੈਡੀ ਕਰਵਾਓ ਐਂਡ ਗੋਲਡਨ ਲੇਸਿੰਗ ਦੇ ਨਾਲ ਇਹਨੂੰ ਫਿਨਿਸ਼ ਕਰਵਾਓ ਜੀ। ਫਿਰ ਜੋ ਸ਼ੇਡ ਅਸੀਂ ਲੈ ਕੇ ਆਏ ਹਾਂ ਉਹ ਹੈ ਗ੍ਰੇ। ਗ੍ਰੇ ਅਤੇ ਕਲਰ ਕੰਬੀਨੇਸ਼ਨ ਤੁਸੀਂ ਚੈੱਕਆਊਟ ਕਰੋ ਕਿ ਅਸੀਂ ਪਰਪਲ ਪਲੱਸ ਮਰੂਨ ਦਾ ਕਲਰ ਕੰਬੀਨੇਸ਼ਨ ਰੱਖਿਆ ਐਂਡ ਇਹ ਫੁੱਲ ਹੈਵੀ ਦੁਪੱਟਾ ਹੈ। ਸਾਰੇ ਦੁਪੱਟੇ 'ਤੇ ਜਾਲ ਹੈ, ਵਿੱਚ ਵਿੱਚ ਫਲਾਵਰਸ ਦਿੱਤੇ ਹੈ ਐਂਡ ਸਭ 'ਤੇ ਇੱਦਾਂ ਪ੍ਰੋਪਰ ਕੰਮ ਆਊਗਾ। ਇਹ ਜੀ ਨਕਸ਼ੀ ਦਾ ਕੰਮ ਰਹੂਗਾ, ਕਟਦਾਣੇ ਦਾ ਕੰਮ ਰਹੂਗਾ ਐਂਡ ਇੱਧਰ ਸਾਰਾ ਸਿੱਪੀਆਂ ਦਾ ਕੰਮ ਰਹੂਗਾ। ਇੱਦਾਂ ਦੀ ਇਹਦੀ ਦੁਪੱਟੇ ਦੀ ਲੁੱਕ ਆਊਗੀ। ਦੁਪੱਟਾ ਤੁਸੀਂ ਚੈੱਕਆਊਟ ਕਰ ਸਕਦੇ ਹੋ, ਇਹਨੂੰ ਤੁਸੀਂ ਸਿੰਪਲ ਪਲੇਨ ਸੂਟ ਨਾਲ ਵੀ ਪੇਅਰ ਅਪ ਕਰ ਸਕਦੇ ਹੋ। ਫਿਰ ਜੋ ਸ਼ੇਡ ਆਪਣੇ ਕੋਲ ਅਵੇਲੇਬਲ ਹੈ ਉਹ ਹੈ ਜੀ ਲਾਈਟ ਫਿਰੋਜ਼ੀ ਜਾਂ ਤੁਸੀਂ ਲਾਈਟ ਸੀ ਗ੍ਰੀਨ ਵੀ ਕਹਿ ਸਕਦੇ ਹੋ। ਫੁੱਲ ਹੈਵੀ ਜਾਲ ਹੈ, ਇਹ ਸੇਮ ਜੋ ਡਿਜ਼ਾਈਨਿੰਗ ਹੈ ਉਹ ਗ੍ਰੇ ਦੀ ਹੈ। ਇਹਦੇ 'ਤੇ ਕਲਰ ਕੰਬੀਨੇਸ਼ਨ ਵੀ ਸੇਮ ਗ੍ਰੇ ਵਾਲੇ ਹੀ ਯੂਜ਼ ਕੀਤੇ, ਬਟ ਇਹਦਾ ਜੋ ਦੁਪੱਟੇ ਦਾ ਕਲਰ ਹੈ ਉਹ ਲਾਈਟ ਫਿਰੋਜ਼ੀ ਹੈ। ਫਿਟਿੰਗ ਇੱਥੋਂ ਦੇਖੋ ਤੁਸੀਂ ਕਿ ਸਾਰਾ ਜੋ ਕਲਰ ਕੰਬੀਨੇਸ਼ਨ ਹੈ ਇਹ ਸੇਮ ਲੁੱਕ ਹੈ। ਸਿਲਕ ਪੇਂਟ ਦਾ ਇਹ ਰਹਿੰਦਾ ਹੈ ਕਿ ਇਹ ਬੋਥ ਸਾਈਡ ਤੋਂ ਸੇਮ ਹੁੰਦਾ, ਇੱਧਰੋਂ ਵੀ ਸੇਮ ਤੁਹਾਨੂੰ ਲੁੱਕ ਦਊਗਾ ਐਂਡ ਇੱਧਰੋਂ ਵੀ ਸੇਮ ਲੁੱਕ ਦਊਗਾ। ਇਹਦੀ ਕੋਈ ਅਲੱਗ ਤੋਂ ਇੱਧਰ ਲੇਅਰਿੰਗ ਨਹੀਂ ਬਣਦੀਗੀ। ਦੁਪੱਟਾ ਫੁੱਲ ਹੈਵੀ ਜਾਲ ਦੇ ਨਾਲ ਹੈਗਾ ਜੀ। ਸਾਰੇ ਸੂਟਸ ਦਾ ਪ੍ਰਾਈਸ ਸੇਮ ਹੈ, 35-50 ਐਂਡ ਸ਼ਿਪਿੰਗ ਫਰੀ ਹੈ। ਇਹ ਸ਼ੇਡ ਹੈਗੀ ਜੀ ਲੈਮਨ 'ਚ, ਸੇਮ ਸ਼ੇਡ, ਗ੍ਰੇ ਦਾ ਹੀ ਡਿਜ਼ਾਈਨ ਬਟ ਜੋ ਕਲਰ ਕੰਬੀਨੇਸ਼ਨ ਯੂਜ਼ ਹੈ ਉਹ ਲੈਮਨ ਹੈ। ਹੁਣ ਤੁਸੀਂ ਇਹਦੇ ਨਾਲ ਕੰਟਰਾਸਟ ਵੀ ਬਣਾ ਸਕਦੇ ਹੋ, ਲਾਈਕ ਮਸਟਰਡ ਜਾਂ ਮਰੂਨ ਸੂਟ ਵੀ ਬਣਾ ਸਕਦੇ ਹੋ ਜਾਂ ਫਿਰ ਲਾਈਟ ਲੈਮਨ ਵੀ ਬਣਾ ਸਕਦੇ ਹੋ। ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਬਣੇ ਹੋਏ ਹੈਗੇ, ਵਰਕ ਦੇਖੋ, ਪੂਰੀ ਪ੍ਰੋਪਰ ਫਿਨਿਸ਼ਿੰਗ ਹੈ। ਜੋ ਲੀਵਸ ਹੈ ਉਹਨਾਂ 'ਤੇ ਵੀ ਪ੍ਰੋਪਰ ਸਾਰਾ ਕੰਮ ਆਊਗਾ। ਇਹਦੇ ਨਾਲ ਅੱਜ ਅਸੀਂ ਇੱਕ ਸਟੋਰੀ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ, ਉਹਦੇ ਵਿੱਚ ਕਸਟਮਰ ਨੇ ਸਾਡੇ ਤੋਂ ਇੱਕ ਦੁਪੱਟਾ ਬਾਏ ਕੀਤਾ ਸੀ, ਉਹਦੇ ਨਾਲ ਅਸੀਂ ਉਹਨਾਂ ਨੂੰ ਸੂਟ ਪੇਅਰ ਅਪ ਕਰਕੇ ਸਟਿਚ ਕਰਕੇ ਰੈਡੀ ਕਰਕੇ ਭੇਜਿਆ ਹੈ। ਉਹ ਵੀ ਤੁਸੀਂ ਚੈੱਕਆਊਟ ਕਰ ਸਕਦੇ ਹੋ ਕਿ ਕਿੱਦਾਂ ਦੇ ਸੂਟ ਅਸੀਂ ਇਹਨਾਂ ਨਾਲ ਰੈਡੀ ਕਰ ਰਹੇ ਹਾਂ। ਫਿਰ ਰਹੂਗਾ ਜੀ ਆਫ ਵਾਈਟ। ਆਫ ਵਾਈਟ 'ਤੇ ਜੋ ਕਲਰ ਦਿੱਤੇ ਹੈ ਉਹ ਦਿੱਤੇ ਹੈ ਅਸੀਂ ਮਲਟੀ ਕਲਰ, ਯੈਲੋ, ਪਰਪਲ, ਬਲੂ ਐਂਡ ਇਹਨਾਂ ਦਾ ਤੁਸੀਂ ਟੈਕਸਚਰ ਵੀ ਚੈੱਕਆਊਟ ਕਰ ਸਕਦੇ ਹੋ ਕਿ ਇਹ ਪ੍ਰੋਪਰ ਇੱਦਾਂ ਲੁੱਕ ਦਿੰਦੇ ਹੈ। ਸੇਮ ਫਰੰਟ ਐਂਡ ਸੇਮ ਬੈਕ, ਇਹਨਾਂ ਦੇ ਵੱਡੇ ਵੱਡੇ ਫਲਾਵਰਸ ਪੱਲਿਆਂ 'ਤੇ ਆਉਣਗੇ, ਦੈਨ ਸਾਈਡਸ 'ਤੇ ਵੀ ਪ੍ਰੋਪਰ ਇੱਥੇ ਵੱਡੇ ਫਲਾਵਰਸ ਆਉਣਗੇ। ਬਹੁਤ ਸੋਹਣਾ ਹੈ, ਇਹਦੇ ਨਾਲ ਤੁਸੀਂ ਗੋਲਡਨ ਵਿਦ ਆਫ ਵਾਈਟ ਸੂਟ ਰੈਡੀ ਕਰਵਾਓਗੇ, ਬਹੁਤ ਸੋਹਣੀ ਲੁੱਕ ਦਊਗਾ, ਠੀਕ ਹੈ ਜੀ। ਫਿਰ ਤੁਹਾਨੂੰ ਨੈਕਸਟ ਸ਼ੇਡ ਮਿਲੂਗੀ ਇਹਦੇ ਵਿੱਚ ਬੇਜ, ਜੋ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ। ਇਹਦੇ ਜੋ ਪੱਲਿਆਂ 'ਤੇ ਜੋ ਅਸੀਂ ਫਲਾਵਰਸ ਦਿੱਤਾ ਉਹ ਪ੍ਰੋਪਰ ਵੱਡੇ ਫਲਾਵਰਸ ਦਿੱਤੇ ਹੈ,
ਜੋ ਕਿ ਕਾਫੀ ਟ੍ਰੈਂਡ ਦੇ ਵਿੱਚ ਹੈ। ਫਲਾਰਸ ਦੀ ਲੁੱਕ ਦੇਖੋ ਤੁਸੀਂ, ਮਰੂਨ ਕਲਰ ਦਾ ਵੱਡਾ ਫਲਾਰ ਆਊਗਾ ਪੱਲੇ ਤੇ, ਮਸਟਰਡ ਦੇ ਦੋ ਫਲਾਰਸ ਆਉਣਗੇ ਐਂਡ ਇਹ ਸਾਰੇ ਹਾਫ ਦੁਪੱਟਾ ਦੋਨੋਂ ਸਾਈਡ ਤੋਂ ਕਵਰ ਕਰਨਗੇ। ਸੈਂਟਰ ਦੇ ਵਿੱਚ ਇਹਨਾਂ ਦੇ ਬੂਟੀਆਂ ਆਉਣਗੀਆਂ ਛੋਟੀਆਂ ਛੋਟੀਆਂ, ਜੋ ਕਿ ਬੂਟੀਆਂ ਤੇ ਵੀ ਅਸੀਂ ਪ੍ਰੋਪਰ ਹੈਂਡ ਵਰਕ ਦਿੱਤਾ ਹੈ। ਇਹਦੀ ਲੁੱਕ ਇਦਾਂ ਆਊਗੀ ਦਿਸ ਸਾਈਡ ਐਂਡ ਅਨਦਰ ਸਾਈਡ ਵੀ ਇਹ ਸੇਮ ਹੈਵੀ ਦੁਪੱਟੇ ਰਹਿਣਗੇ ਜੀ। ਫਿਰ ਆਪਣੇ ਕੋਲ ਜੋ ਸ਼ੇਡ ਅਵੇਲੇਬਲ ਹੈ ਉਹ ਹੈ ਰੋਜ਼ ਪੀਚ। ਰੋਜ਼ ਪੀਚ ਦੇ ਅਸੀਂ ਫਲਾਰਸ ਦਿੱਤੇ ਆ। ਕਈ ਵਾਰ ਜੋ ਮੋਮ ਏਜ ਦੀ ਲੇਡੀਜ਼ ਹੁੰਦੀਆਂ ਉਹ ਕਹਿੰਦੀਆਂ ਸਾਨੂੰ ਥੋੜ੍ਹਾ ਲਾਈਟ ਦੁਪੱਟੇ ਚਾਹੀਦੇ ਆ, ਅਤੇ ਇਹਨਾਂ 'ਤੇ ਜੋ ਅਸੀਂ ਕਲਰ ਕੰਬੀਨੇਸ਼ਨ ਯੂਜ਼ ਕੀਤਾ ਉਹ ਡਾਰਕ ਪੀਚ ਦਾ ਯੂਜ਼ ਕੀਤਾ। ਇਹ 'ਤੇ ਸਿਰਫ ਅਸੀਂ ਸਿੰਗਲ ਫਲਾਰ ਦਾ ਬੂਟਾ ਦਿੱਤਾ ਜਿਹਨੂੰ ਅਸੀਂ ਪ੍ਰੋਪਰ ਹੈਂਡ ਵਰਕ ਐਂਡ ਹੈਂਡ ਪੇਂਟ ਨਾਲ ਸਾਰਾ ਅਸੀਂ ਇੱਥੇ ਰੈਡੀ ਕੀਤਾ। ਇਹ ਬੂਟੇ ਥਰੂ ਆਊਟ ਦਾ ਦੁਪੱਟੇ 'ਤੇ ਆਉਣਗੇ ਸਾਰੇ ਪੱਲੇ 'ਤੇ ਵਿੱਚ ਐਂਡ ਸਾਰੇ ਕਾਲ। ਲਾਈਟ ਵੇਟ ਜਿਹਾ ਇਹ ਸੂਟ ਬਣੂਗਾ ਇਹਦੇ ਨਾਲ ਐਂਡ ਕਾਫੀ ਗ੍ਰੇਸ ਦਊਗਾ। ਫਿਰ ਆਪਣੇ ਕੋਲ ਜੋ ਸ਼ੇਡ ਅਵੇਲੇਬਲ ਹੈ ਉਹ ਹੈ ਡਾਰਕ ਫਿਰੋਜ਼ੀ। ਡਾਰਕ ਫਿਰੋਜ਼ੀ 'ਤੇ ਜੋ ਅਸੀਂ ਕਲਰ ਕੰਬੀਨੇਸ਼ਨ ਯੂਜ਼ ਕਰ ਰਹੇ ਹਾਂ ਉਹ ਵੀ ਸੇਮ ਮਸਟਰਡ ਮਰੂਨ ਐਂਡ ਇੱਦਾਂ ਦੀ ਕਲਰ ਕੰਬੀਨੇਸ਼ਨ ਯੂਜ਼ ਕਰਕੇ ਇਹ ਦੁਪੱਟਾ ਬਣਾ ਰਹੇ ਹਾਂ। ਚੈੱਕਆਊਟ ਕਰ ਸਕਦੇ ਹੋ ਕਿ ਇਹਦਾ ਜੋ ਦੁਪੱਟੇ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਰਾ ਹੈਵੀ ਲੁੱਕ ਦੇਵੇ, ਸਾਰਾ ਦੁਪੱਟਾ ਫਿੱਲ ਹੋਵੇ। ਇਹਦੇ ਨਾਲ ਤੁਸੀਂ ਫਿਰੋਜ਼ੀ ਜੋ ਸੂਟ ਬਣਾਓਗੇ ਉਹ ਬਹੁਤ ਹੀ ਸੋਹਣਾ ਸੂਟ ਬਣੂਗਾ। ਲਾਸਟ ਜੋ ਆਪਣੇ ਕੋਲ ਸ਼ੇਡ ਅਵੇਲੇਬਲ ਹੈ ਉਹ ਹੈ ਲਾਈਟ ਮੋਵ। ਮੋਵ 'ਤੇ ਵੀ ਅਸੀਂ ਜੋ ਕਲਰ ਕੰਬੀਨੇਸ਼ਨ ਯੂਜ਼ ਕੀਤੇ ਹੈ ਉਹ ਇੱਦਾਂ ਦੇ ਯੂਜ਼ ਕੀਤੇ ਹੈ ਕਿ ਕਾਫੀ ਲੁੱਕ ਨੂੰ ਐਨਹੈਂਸ ਕਰ ਸਕੇ। ਮਸਟਰਡ ਕਲਰ ਕੰਬੀਨੇਸ਼ਨ ਯੂਜ਼ ਕੀਤਾ ਹੈ, ਦੈਨ ਇਹਦੇ 'ਤੇ ਅਸੀਂ ਬਲੂ ਵਿਦ ਮਰੂਨ ਦੇ ਨਾਲ ਸਾਰੇ ਇਹਦੇ ਫਲਾਰਸ ਨੂੰ ਪੱਲੇ ਪਲੱਸ ਸਾਈਡਾਂ 'ਤੇ ਫੁੱਲ ਹੈਵੀ ਲੁੱਕ ਦੇਣ ਲਈ ਇਹਨਾਂ ਦੇ ਫਲਾਰਸ ਬਣਾਏ ਹੈ। ਪ੍ਰਾਈਜ਼ ਇਨ ਸੂਟਾਂ ਦਾ ਸਾਰਿਆਂ ਦਾ ਦੁਪੱਟਿਆਂ ਦਾ ਸੇਮ ਹੈ, 3550 ਰੁਪਏ। ਸ਼ਿਪਿੰਗ ਫ੍ਰੀ ਹੈ ਆਲ ਓਵਰ ਇੰਡੀਆ ਦੇ ਵਿੱਚ। ਡਿਟੇਲਸ ਵੀਡੀਓ ਲਈ ਤੁਸੀਂ ਯੂਟਿਊਬ 'ਤੇ ਵੀਡੀਓ ਚੈੱਕ ਕਰੋ ਐਂਡ ਫਿਰ ਆਪਦਾ ਆਰਡਰ ਪਲੇਸ ਕਰ ਸਕਦੇ ਹੋ। ਸਾਡੇ ਵਟਸਐਪ ਨੰਬਰ ਹੈ 7073290400। ਸਤਿ ਸ਼੍ਰੀ ਅਕਾਲ ਜੀ ਸਾਰੇ।